ਉਦਾਂ ਕੁਰਾਨ ਪਾਕ ਵਿੱਚ ਹਜ਼ਰਤ ਮੁਹੰਮਦ ਸਾਹਿਬ ਮਹਾਰਾਜ ਕਹਿੰਦੇ ਨੇ, ਕਹਿੰਦੇ ਇੱਕ ਸੱਚੇ ਮੁਸਲਮਾਨ ਨੇ ਤਾੜੀ ਦੇ ਦਰਖਤ ਦਾ ਨਾਂ ਨਹੀਂ ਲੈਣਾ ਕਦੇ। ਦੂਸਰੀ ਹਦਾਇਤ, ਕਿਤੇ ਲੰਘਿਆ ਜਾਂਦਾ ਮੁਸਲਮਾਨ ਵੀਰ ਰਾਹ ਦੇ ਵਿੱਚ ਖਲੋਤਾ ਹੋਵੇ ਤਾੜੀ ਦਾ ਦਰਖਤ, ਕਹਿੰਦੇ ਉਹਨੇ ਅੱਖਾਂ ਬੰਦ ਕਰ ਲੈਣੀਆਂ, ਝਾਕਣਾ ਵੀ ਨਹੀਂ ਉਹਦੇ ਕੰਨੀ। ਤੀਜੀ ਹਦਾਇਤ, ਕਿਤੇ ਭੁੱਲ ਕੇ ਵੀ ਕਹਿੰਦੇ ਤਾੜੀ ਦੇ ਦਰਖਤ ਨੂੰ ਸਪਰਸ਼ ਨਹੀਂ ਕਰਨਾ ਮੁਸਲਮਾਨ ਵੀਰ ਨੇ। ਇੰਨੀ ਜ਼ਬਰਦਸਤ ਹਦਾਇਤ ਹੈ। ਬਾਈਬਲਕਾਰ ਕਹਿੰਦੇ ਹੈ, ਸੱਤ ਅਪਰਾਧ ਕਹਿੰਦੇ ਬੰਦਾ ਜੇ ਕਰੂਗਾ ਰੱਬ ਦੀ ਦਰਗਾਹ 'ਚ ਬਖਸ਼ਿਆ ਨਹੀਂ ਜਾਂਦਾ। ਉਹਦੇ 'ਚ ਇੱਕ ਅਪਰਾਧ ਹੈ ਤਾੜੀ ਦੇ ਦਰਖਤ ਨੂੰ ਹੱਥ ਲਾਉਣਾ। ਲੈ, ਸਾਰੇ ਧਰਮ ਸ਼ਾਸਤਰ ਇਹਨੂੰ ਮਾੜਾ ਕਹੀ ਜਾਂਦੇ। ਹੁਣ ਆ ਜਾਓ ਬਾਣੀ 'ਤੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੀ ਕਹਿੰਦੇ ਆ ਤਾੜੀ ਦੇ ਦਰਖਤ ਦੀ ਬਾਬਤ। ਧੰਨ ਸਤਿਗੁਰ ਰਵਿਦਾਸ ਮਹਾਰਾਜ ਤਾੜੀ ਦੇ ਦਰਖਤ ਦੀ ਬਾਬਤ ਕਹਿੰਦੇ ਨੇ, ਤਰੂ ਤਰ ਅਪਵਿੱਤਰ ਕਰ ਮਾਨੀਐ ਰੇ। ਲੈ ਕਹਿੰਦੇ ਤਾੜੀ ਦਾ ਦਰਖਤ ਮਾੜਾ ਹੈ। ਜੈਸੇ ਕਾਗਰਾ ਕਰਤ ਵਿਚਾਰੰ ਭਗਤ ਭਗਉਤ ਲਿਖੀਐ ਤਹਿ ਉਪਰੇ ਪੂਜੀਏ ਕਰ ਨਮਸ਼ਕਾਰੰ। ਹੁਣ ਬਾਣੀ ਨੇ ਵੀ ਤਾੜੀ ਦੇ ਦਰਖਤ ਨੂੰ ਮਾੜਾ ਕਹਿਤਾ। ਗੱਲ ਕੀ ਹੈ, ਇਹਨੂੰ ਮਾੜਾ ਕਿਉਂ ਕਿਹਾ? ਇਹਦਾ ਇੱਕੋ ਹੀ ਕਾਰਨ ਹੈ, ਇਹਦੇ ਵਿੱਚੋਂ ਸ਼ਰਾਬ ਨਿਕਲਦੀ ਹੈ, ਆਖੋ ਸਤਨਾਮ, ਇਹ ਤਾਂ ਮਾੜਾ ਹੈ। ਇਹਦੇ ਵਿੱਚੋਂ ਸ਼ਰਾਬ ਨਿਕਲਦੀ, ਧਰਮ ਸ਼ਾਸਤਰ ਨੂੰ ਤਾਂ ਮਾੜਾ ਕਹਿੰਦੇ। ਫਰਕ ਥੋੜ੍ਹਾ ਜਿਹਾ ਹੀ ਹੈ, ਇਹਦੇ 'ਚੋਂ ਨਿਕਲਦੀ ਹੈ ਅਤੇ ਜਿਹਦੇ 'ਚ ਪੈਂਦੀ ਆ ਉਹ ਕਿੰਨੇ ਕੁ ਮਾੜੇ ਹੋਣਗੇ, ਆਖੋ ਸਤਨਾਮ। ਜਿਹਦੇ ਢਿੱਡਾਂ 'ਚ ਦੋ ਦੋ ਬੋਤਲਾਂ ਚਲੇ ਜਾਂਦੀਆਂ ਉਹ ਕਿੰਨੇ ਕੁ ਮਾੜੇ, ਜਿਹਦੇ 'ਚੋਂ ਨਿਕਲੇ ਉਹ ਇੰਨਾ ਮਾੜਾ, ਜਿਹਦੇ 'ਚ ਪਵੇ ਫਿਰ ਉਹ ਤਾਂ ਬਾਹਲਾ ਹੀ ਚੰਗਾ ਹੋਊਗਾ, ਫਿਰ ਆਪੇ ਹੀ ਹਿਸਾਬ ਲਾ ਲਿਓ।